हाँ जी दोस्तों, सारे वीर प्यार भरी सत श्री अकाल। मैं थोड़ा अपना सुखी शेरगिल, पिंड हरिगढ़ जिला बरनाला। तो मित्रों, इस टाइम मैं थोड़ी एक अजि कार दिखा जा रहा जी, अंग्रेजों की गड्डी भी है। तुसी आप देख के हैरान होंगे भी यार ये हो की रहा। आह, नहर आ रही है किड्डी वड्डी। हो सामने श्रोमणी भगत धन्ना भगत जी का गुरु घर है, यह भाखड़ा गई पटियाले वाली। इत्थे इहदा जिहड़ा सारा पानी है ना, वह धरती दे विच ही वड़ गया। तुसीं ऐ देखो, काड़ देखो किड्डी वड्डी है भी, पानी इहदा गया किधर। सारा जिहड़ा पानी है धरती दे विच चला गया। किन्ना वड्डे लैवल ते पानी आ रहा है ते उरे आ के खत्म हो गया। भी इधर पानी जांदा नहीं, भी आखिर पानी गया तो गया किधर। तुसी पहला आपदा दिमाग लाओ, यह घग्गर दरिया है। हुण मैं थोड़ी थोड़े खाने की गल पाऊंगा। इधरों भाखड़ आ रही है ते इत्थे आ के धरती दे विच इह कड़ती ते इत्थों दी आ उपर इहदे घग्गर आगा। ते इहदे उपर जिहड़ा आम फैक्ट्रियां नाले वाला पानी जांदा उही हैगा। ते इत्थे थल्ले किते कुछ नहीं हैगा। आ उपर दी पुल बनाया विया, कई गड्डियां गुड्डियां भी लंघदियां ने। हो परले पासे दी जमा पक्का गड्डियां वाला पुल आ। तुसीं ऐ ला लो भी इत्थों आपां चलेंगे ते आ उपर दी जाई जांदे आ। आ देख लो कैमिकल वाला पानी फैक्ट्रियां दा किवें इहदे विच आउंदा है। ते ये निकलू कित्थे जाके, आ उरों सारा थल्लों दी जांदा है। तुसीं ऐ ला लो भी पक्का उत्ते फरसी लाया हुआ, थल्लों दी कढ़ती, पर हो एक थां ते पानी दे बुलबुले वजी जांदे आ। भी कित्थे पानी दा बहा रोकणा, कहिंदे जिहड़ा पानी है ना इह आपदा रस्ता आपदे आप तैयार कर लैंदा है। बई नूं पुछदा मैं, बई की हाल ने ਬਈ, ਕਿੰਨਾ ਕੁ ਟਾਈਮ ਹੋ ਗਿਆ ਆ ਚੀਜ਼ ਬਣੇ ਨੂੰ? ਬਾਈ ਮਾਰੀ ਸੋਜੀ ਤੇ ਪਹਿਲਾਂ ਆ ਬਹੁਤ। ਤੇਰੀ ਉਮਰ ਕਿੰਨੇ ਸਾਲ ਦੀ ਹੈ? ਮੇਰੀ ਉਮਰ ਹੋ ਗਈ ਹੋਣੀ 30-32 ਸਾਲ ਦੀ। 30-32 ਸਾਲ? ਹਾਂ। ਤੇ ਉਹ ਬਜ਼ੁਰਗਾਂ ਤੋਂ ਸੁਣਿਆ ਹੋ ਵੀ ਇਹ ਅੰਗਰੇਜ਼ਾਂ ਨੇ ਬਣਾਇਆ ਸੀ ਕਿ ਆਪਣੀ ਸਰਕਾਰ ਨੇ ਬਣਾਇਆ ਸੀ? ਕੋਈ ਪਤਾ ਨਹੀਂ। ਹੈ? ਅੰਗਰੇਜ਼ਾਂ ਦੇ ਟਾਈਮ ਕਾ ਆਇਓ। ਅੰਗਰੇਜ਼ਾਂ ਨੇ? ਹੂੰ। ਦੇਖ ਲੈ ਯਾਰ, ਹਨਾ ਇੱਕ ਉਧਰਲੇ ਪਾਸੇ ਵੀ ਇਹ, ਹਨਾ? ਹਾਂ। ਇਹ ਘੱਗਰ ਆ ਗਈ? ਘੱਗਰ ਆ ਗਈ ਉਹ। ਹਨਾ? ਪਿਛਲਾ ਗੰਡਾ ਨਾਲਾ 12 ਦਰਾ ਕਹਿੰਦੇ ਹਨ। ਅਸਾਂ ਨੂੰ 12 ਦਰਾ ਕਹਿੰਦੇ ਆ। ਠੀਕ, 12 ਦਰਾ ਪੈਣ ਦਾ ਨਾਂ ਕੀ, ਕਾਰਨ ਕੀ ਉਹਦਾ? ਘੱਟੋ ਘੱਟ 100 ਮੀਟਰ ਹੋਊ ਇਹ। ਹਾਂ, ਤੇ ਇਧਰ ਆ ਕੇ ਪਾਣੀ ਨਿਕਲ ਰਿਹਾ ਇਹ। ਤੈਂ ਦੇਖਿਆ ਤੂੰ ਪਹਿਲਾਂ ਕਦੇ ਜ਼ਿੰਦਗੀ ਜਾ ਨਹੀਂ ਯਾਰ? ਮੈਂ ਬਾਈ ਉਧਰ ਦੇਖਿਆ ਆਪਣੇ ਮੇਰੀ ਬਣਾਈ ਹੋਈ ਵੀਡੀਓ ਵੂਡੀਓ ਹੀ ਦੇਖੀ ਹੋਣੀ ਆ ਤੈਂ। ਤੇ ਮਿੱਤਰੋ ਆ ਉਰੇ ਆ ਕੇ ਨਿਕਲਦਾ ਹੈ ਬਾਈ, ਤੇ ਆ ਉਰੇ ਗੋਤਾਖੋਰਾਂ ਦਾ ਨੰਬਰ ਦਿੱਤਾ ਵਿਆ, ਤੇ ਉਰੇ ਆ ਕੇ ਪਾਣੀ ਨਿਕਲਦਾ ਹੈ। ਤੁਸੀਂ ਹਿਸਾਬ ਲਾ ਲਓ ਵੀ ਕਿੰਨਾ ਪ੍ਰੈਸ਼ਰ ਹੈ। ਅਤੇ ਉਹ ਵਿੱਚ ਆਪਣੇ ਖੋਪੇ ਖੋਪੇ ਤੇਰ ਦਿੰਦੇ, ਜਿਹੜੇ ਆਪਾਂ ਨੂੰ ਪੰਡਿਤ ਜੀ ਸਵਾਮੀ ਜੀ ਕਹਿ ਦਿੰਦੇ ਹੁੰਦੇ ਵੀ ਖੋਪਾ ਤੇਰੋ ਤੁਹਾਡਾ ਭਲਾ ਹੋਊ। ਹੈ ਸਰ? ਹਾਂ ਹਾਂ, ਸਾਰਾ ਕੁਛ ਹੀ ਤੇਰਦਾ, ਫਿਰ ਅਗਲਾ ਇਕੱਲੇ ਫੁੱਲਾਂ ਨਾਲ ਤਾਂ ਕਿੱਥੇ ਸਾਰਦਾ। ਇੱਧਰ ਨੂੰ ਹੀ ਮਾੜਾ ਜਿਹਾ ਇੱਕ ਫੋਟੋ ਖਿੱਚ ਲਈ ਦੀ, ਤੁਸੀਂ ਐਂ ਹਿਸਾਬ ਲਾ ਲਓ ਦਿਖਾਈ ਆਉਣਾ ਮਿੱਤਰੋ ਤੁਹਾਨੂੰ ਨਵੀਂ ਚੀਜ਼। ਅਤੇ ਉੱਧਰੋਂ ਗੱਡੀਆਂ ਉਹਦੇ ਨਾਲ ਆਉਂਦੀਆਂ ਨੇ ਤਾਂ ਇੱਧਰ ਉੱਪਰ ਦੀ ਘੁੰਮ ਕੇ ਐਂ ਜਾਂਦੀਆਂ ਨੇ। ਫਿਰ ਦੇਖ ਲਓ, ਦੇਖ ਲਓ ਦੋਸਤੋ, ਲਿਆਂਦੀ ਆ ਨਾ ਤੁਹਾਡੇ ਵਾਸਤੇ ਨਵੀਂ ਚੀਜ਼।
ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਉਹਨੂੰ ਸ਼ੇਅਰ ਜ਼ਰੂਰ ਕਰ ਦਿਓ। ਮੈਨੂੰ ਪਤਾ ਤੁਹਾਡੇ 'ਚੋਂ ਇਹੋ ਜਿਹੇ ਬਹੁਤ ਹੋਣਗੇ ਜਿਨ੍ਹਾਂ ਨੇ ਇਹ ਵੀਡੀਓ ਪਹਿਲਾਂ ਵੀ ਦੇਖੀ ਹੋਵੇ, ਅਤੇ ਹੋ ਸਕਦਾ ਮੈਨੂੰ ਕੁਛ ਪੁੱਠਾ ਇੱਦਾਂ ਹੀ ਬੋਲਣ, ਪਰ ਕੋਈ ਗੱਲ ਨਹੀਂ ਬਾਈ, ਬੋਲੀ ਚੱਲੋ ਹੈ ਨਾ। ਅਤੇ ਆਪਾਂ ਤਾਂ ਤੁਹਾਡੇ ਛੋਟੇ ਭਾਈ ਹਾਂਗੇ, ਕੁਛ ਮਰਜ਼ੀ ਕਹਿਣਾ ਕਹੀ ਚੱਲੋ, ਅਤੇ ਆਪਾਂ ਨੂੰ ਤਾਂ ਤੁਹਾਡੀ ਹਰੇਕ ਗੱਲ ਸਿਰ ਮੱਥੇ ਪ੍ਰਵਾਨ ਹੈ। ਅਸੀਂ ਤਾਂ ਜਿਵੇਂ ਕਹਿੰਦੇ ਹੁੰਦੇ ਵੀ ਦੋਨੇ ਹੱਥ ਜੋੜ ਕੇ ਖੜ ਜਾਂਦੇ ਹਾਂ, ਬਾਈ ਗਾਲਾਂ ਕੱਢ ਦਿਉ, ਚਾਹੇ ਕੋਈ ਅਸੀਸ ਦੇ ਦਿਉ ਹੈ ਨਾ, ਚਾਹੇ ਕੋਈ ਕੁਛ ਕਹਿ ਦਿਉ, ਵੀ ਉਹਨੂੰ ਖੇੜੇ ਮੱਥੇ ਆਪਦੇ ਦਿਲ 'ਚ ਪ੍ਰਵਾਨ ਕਰ ਲੈਂਦੇ ਹਾਂ ਪਰਮਾਤਮਾ ਦਾ ਭਾਣਾ ਮੰਨ ਕੇ। ਤੁਸੀਂ ਸਾਨੂੰ ਦੇਖਦੇ ਹੋ, ਇੰਨਾ ਹੀ ਬਹੁਤ ਹੈ। ਕਿਹਦੇ ਕੋਲ ਟਾਈਮ ਆ ਕਿਸੇ ਨੂੰ ਦੇਖਣ ਵਾਸਤੇ? ਚੜ੍ਹਦੀ ਕਲਾ 'ਚ ਰਹੋ, ਪਰਮਾਤਮਾ ਤੁਹਾਡੇ ਪਰਿਵਾਰਾਂ ਨੂੰ ਤੰਦਰੁਸਤੀਆਂ ਬਖਸ਼ੇ, ਤੁਹਾਡੇ ਬੱਚਿਆਂ ਨੂੰ ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ ਬਖਸ਼ੇ, ਮਿਹਨਤਾਂ ਨੂੰ ਫਲ ਲੱਗਣ, ਪਰਿਵਾਰ ਤੁਹਾਡੇ ਤਰੱਕੀਆਂ ਕਰਨ। ਚੜ੍ਹਦੀ ਕਲਾ, ਮਿਹਰਬਾਨੀ।